ਬਟ ਟੈਪ ਲਾਈਫ ਸ਼ੇਅਰ ਜਿਵੇਂ ਪੇ ਜੀ ਇਹ ਸ਼ੇਅਰ ਦੇ ਬੱਚਿਆਂ ਮਿੰਟ ਦੱਸੋ ਆਪਣੀਆਂ ਕਾਰੀਗਰ ਔਰਤਾਂ ਪਹੁੰਚੀਆਂ ਨੇ ਬਰੋਡਾ ਤੇ ਕਿ ਕੋਈ ਨਾ ਜ਼ਰਾ ਦੱਸ ਕੇ ਸੁੰਬਲ ਬਣਾ ਕਾ ਬਰੋਡ ਔਨ ਕਰ ਮੈਂ ਵੀ ਅਲੀ ਔਨ ਕੀਤੀ ਪਹਿਲਾਂ ਪੀ ਕੇ ਸੁੰਬਲ ਤੇਰਾ ਬਹੁਤ ਵੇਟ ਹੋ ਰਿਹਾ ਹੈ ਰਾਜਿਆ ਪੂਰਿਆਂ ਦਿਹਾੜਿਆਂ ਨੇ ਸਾ ਖਬਰਾ ਜਿਆ ਜਲਦੀ ਪਹੁੰਚ ਆਪਣਾ ਸੁੰਬਲ ਜਲਦੀ ਪਹੁੰਚ ਲੋਕ ਤੇ ਗੁਜਰ ਸਾਹਿਬ ਬੱਚੇ ਇੱਥੇ ਬਹੁਤ ਜ਼ਿੱਦੀ ਨੇ ਰਾਜਾ ਇਰਫਾਨ ਵੈਲਕਮ ਹੈ ਸ਼ਰਾ ਮੈਨੂੰ ਲੱਗੇ ਖੇਡ ਰਹੇ ਪਿਓ ਲਵ ਯੂ ਯੂ ਐਸ ਏ ਵਾਲਿਆ ਤੇਰੀਆਂ ਜ਼ਿੰਦਗੀਆਂ ਵਾਲੇਕਮ ਸਲਾਮ ਰਾਜਾ ਫਾਜ਼ ਰਾਜਪਾਲ ਕਿਉਂ ਨਹੀਂ ਤੈਨ ਗੋਂਦਲਾ ਸਿਆਣ ਨਾ ਆਪਣਾ ਕਜ਼ਨ ਹੈ ਤੂੰ ਗੁਜਰ ਬਾਦਸ਼ਾਹ ਲਵ ਯੂ ਮੇਰੀ ਜਾਨ ਗੱਡਵੀ ਬਣੀਆਂ ਤੁਸੀਂ ਗੱਡਵੀ ਲਵੋ ਤੇ ਸੜਕਾਂ ਤੇ ਦੋ ਚਾਰ ਵਜਾ ਕੇ ਉਹ ਤੁਸੀਂ ਛਿੱਲੜ ਜ਼ਿਆਦਾ ਇਕੱਠੇ ਕਰ ਲੈਣੇ ਤੂੰ ਡਾਂਸ ਕਰ ਤੂੰ ਡਾਂਸ ਕਰ ਤੈਨੂੰ ਕਾ ਬੋਲ ਤੂੰ ਮੇਰਾ ਪਿਓ ਨਹੀਂ ਹੈ ਤੂੰ ਮੈਨੂੰ ਜਦੋਂ ਆਇਆ ਡਾਂਸ ਕਰਾ ਦੇਣਾ ਹੁਕਮ ਬੋਲ ਮੈਂ ਤੇਰਾ ਕਸਮ ਮੈਂ ਤੈਨੂੰ ਕਾ ਬੋਲ ਮਲੰਗੀ ਹਾਂ ਤੈਨੂੰ ਕਮ 5 10 ਕਰ ਲੈ ਬਾਜ ਗਿਆ ਇਸਕਾ ਜਾ ਰਹਾ ਹੈ ਜ਼ਮੀਨ ਤੇ ਕੈਮਰਾ ਰੱਖ ਕੇ 50 ਕੀਸੀਆਂ ਤੇ ਇੱਕ ਡਾਂਸ ਅਗਰ ਮੇਰੇ ਹਾਲ ਕੋਈ ਸ਼ੇਰ ਸ਼ੂਰ ਵੱਧ ਜਾਂਦਾ ਹੈ ਸ਼ੇਰ ਸ਼ੂਰ ਮੇਰੇ ਵੱਲ ਵੱਧ ਜਾਂਦਾ ਤੇ ਫਿਰ ਸ਼ਾਵਰ ਡਾਂਸ ਹੀ ਆ ਕੋਈ ਭੁੱਲ ਕੇ ਮਾਰ ਹੀ ਛੱਡਦਾ ਯਾਰ ਆਪਣਾ ਮਲੰਗਾ ਮਲਕ ਦੀ ਕੈਟ ਵਾਕ ਵੇਖੀ ਕਿੰਦੀ ਅਕਸਰ ਮਲਕ ਦੀ ਹਾਂ ਅੱਲਾ ਪਾਕ ਦੀ ਕਸਮੇ ਉਹਦੇ ਮਾਂ ਪਿਓ ਤੇ ਲਾਨਤ ਕਰ ਮੈਂ ਅੱਜ ਹੀ ਦਾ ਡਾਂਸ ਵੇਖਿਆ ਉਹਨੇ ਵੇਖ ਕੇ ਬਰੋਡ ਆਨ ਕੀਤੀ ਕੈਟ ਵਾਕ ਦਾ ਬੜੀ ਦੂਰ ਦੀ ਗੱਲ ਹੈ ਕੈਟ ਵਾਕ ਮੈਂ ਜ਼ਿੰਦਗੀ ਚ ਇਤਨੀ ਸੋਹਣੀ ਕਿਸੇ ਮਾਡਲ ਦੀ ਵੀ ਨਹੀਂ ਵੇਖੀ ਉਹ ਯਾਰ ਇਹ ਇੰਟੈਲੀਜੈਂਟ ਔਰਤ ਹੈ ਨਹੀਂ ਪਿਆਰੀ ਵੀ ਹੈ ਅੱਛੀ ਵੀ ਹੈ ਤੇ ਅੱਛਿਆਂ ਨਾਲ ਅੱਛੀ ਤੇ ਮੰਦਿਆਂ ਨਾਲ ਮੰਦੀ ਵੀ ਬੜੀ ਨਹੀਂ ਬ੍ਰੋਡਕਾਸਟਰ ਅੱਛੀ ਹੈ ਬਹੁਤ ਅੱਛੀ ਔਰ ਆਰਟਿਸਟ ਬ੍ਰੋਡਕਾਸਟਰ ਇਹ ਮੈਂ ਤਾਂ ਅਕਸਰ ਮਲਕ ਨੂੰ ਉਦੋਂ ਦਾ ਜਾਣਾ ਜਦੋਂ ਮੈਂ ਟਿਕਟੌਕ ਤੇ ਨਵਾਂ ਆਇਆ ਅਕਸਰ ਕੀ ਬੋਲ ਰਹੇ ਹੋ जानू वानू बना के मुझे यहाँ पे कॉइन नहीं चाहिए ना मैं लेती हूँ मुझे 1.5 साल हो गए आप चाहे तो कसम से नहीं बिल्कुल बिल्कुल आप मेहनत करती है जो रिस्पेक्ट करते हैं बाकी आप ब्रॉडकास्टर है आप ब्रॉडकास्टर है बैड चेक कर
ਤੂੰ ਕੱਟਣਾ ਹੈ ਮੈਂ ਤੇ ਦੱਸ ਛੱਡਾਂ ਗੈਟ ਵਾਕ ਗੈਟ ਵਾਕ ਜੇ ਲੋਕ ਬੋਲੇ ਕਿ ਰਿਸ਼ਤੀ ਕੇ ਚਾਚਾਈ ਅਹਿਮਦ ਬਸ ਹੋ ਗਈ ਵਾਂਟ ਟੂ ਮੇਕ ਮੀ ਗੈਟ ਵਾਕ ਆਪਣੇ ਗੈਟ ਵਾਕ ਕੋ ਪੇ ਬੜਾ ਮਾਨ ਹੈ ਨਾ ਆਪ ਰਿਸ਼ਤੀ ਤੁਨੇ ਰਿਕਾਰਡ ਤੋੜਨੇ ਮੈਂ ਆਪ ਕੋ ਬਤਾ ਦੂੰ ਪਹਿਲੇ ਤੇ ਅਕਸ ਹੈ ਔਰ ਦੂਜੇ ਤੇ ਸੁਖ ਮਾਨ ਇਸ ਤੋਂ ਵਧੀਆ ਗੈਟ ਵਾਕ ਨਹੀਂ ਵੇਖੀ ਤੂੰ ਹੁਣ ਰਿਸ਼ਤੀ ਦੀ ਵਿਖਾਈ ਤੇ ਪਤਾ ਲੱਗੇਗਾ ਜੇ ਡੇਰੇਦਾਰ ਬੰਦਾ ਹੈ ਨਾ घोड़े पावा कम कर इंजे मूड ना खराब कर मेरा पनिशमेंटा भी की थी ਦੁਆਨ ਸਾਰਿਆਂ ਨਾਲ ਆਖਿਆ ਕੋਈ ਬੰਦਾ ਬੋਲੇ ਨਾ ਮੇਰਾ ਵੀਰ ਮੇਰੇ ਨਾਲ ਜਿਵੇਂ ਦਿਲ ਸੋ ਕਰੇ ਆਹ ਗੱਲਾਂ ਵਕਤ ਦੱਸਦਾ ਲਾਲੀ ਕੌਣ ਹੈ ਆਪਣੇ ਪਿਓ ਦਾ ਕੌਣ ਹੈ ਖਾਨਦਾਨੀ ਕੌਣ ਹੈ ਬੇਲੀਆਂ ਨਾਲ ਖਲੋਂਦਾ ਕੌਣ ਤੇ ਅੱਲਾ ਬੜੀ ਸੈਂਸ ਦਿੱਤੀ ਹੋਈ ਹੈ ਸਾਨੂੰ ਬੜੀ ਸੁਝਾਣ ਹੈ ਬੰਦਿਆਂ ਦੀ ਸਾਨੂੰ ਪਤਾ ਹੈ ਬੰਦਿਆਂ ਦਾ ਕਿਹੜਾ ਜਣੇ ਦਾ ਪੁੱਤਰ ਹੈ ਲਵ ਯੂ ਗਾਇਸ ਮਿਨੀਮਮ ਮਨ ਕੇ ਇਧਰ ਵੀ ਕਰ ਦੇਣਾ ਯਾਰ ਡਬਲ ਮੈਂ ਗਾਇਸ ਡਬਲ ਥੈਂਕ ਯੂ ਗਾਇਸ ਡਬਲ ਮੈਂ ਮਨ ਕੇ ਇਧਰ ਵੀ ਕਰ ਦੇਣਾ थैंक यू थानी हेलो जी पुत्र अल्लाह पाक देवे बच्चिया नाल बाद रहो भाई शकील अनवर प्राउड है तुहाडे ते तुहाडे यारी ते आई लव यू दानी दे स्केट स्कोर ऑन करने दी नहीं लोड ओदे काम भारा हो गया ए मलांगा दा यो कुड़ी तो कैडवा करानी है ते हुन मलांग तो दिल झंडू ना गा पटावे नहीं शेरे पंजाब कोई नहीं मैच है ही उदे डाडा होया बाला शकील अनवर साहब इंग्लैंड उंदे मुन भी गेम आई मलंगा ये तो तेरी कैड वाक करवा हुए तेरी नहीं की बस रैंडम लगा लिया अभी आप दोनों कैट वॉक करोगे पहली रेड टू वेलकम हाँ मलंग दा वाड़ गया प्रोग्राम मुर्शिद वेलकम बैक मेरी जान हाँ नहीं हूं हूं तेरी रिट सी कैट वॉक करवानी मेरे सही होना जी चौधरी मुबशर हुकम का आ थैंक यू थैंक यू दानी गाइस तू बूस्टर में इधर भी प्ले कर दे बूस्टर गया तिजट उमान वाला टिका के थैंक यू मुर्शिद किलनर भाई लव यू खालिद भाई वेलकम मैंने मैंने आपके सामने रिप्सी करवाई थी एक साथ मलंग ने मुझे चैलेंज किया था कि वो मुझसे कैटवॉक करे चलो मलंग आज मलंग दी बखाओ साल कैटवॉक थोड़ा बम हिला के ओए मैं सदके जावा चलो करी दूसरी पनिशमेंट बोल रहे दूसरी पनिशमेंट है फोड़ दो मैं सदके जावा तेरिया अच्छा तीसरी बोल ये तोड़ दो कोई नहीं खेरे पंजाब तुसी स्कून करो को नहीं कट दा मैं आप गलन बड़ी मेहरबानी लव यू मैं सदके जावा मेरे को कोई और एंड फ्री है कि कोई या फिर दो यस दानी बिरा वेलकम मेरी जान या दो अंडे अपने सर पे दानी मारे 40000 ओदे दानी दूर काट दी थी अजान अहमद कैटवॉक करता हूं मैं कैटवॉक में हां इन्होंने बहुत कैटवॉक करवाई है तो आप कैटवॉक दिखा दीजिए हां मैं कैटवॉक थोड़ा हम भी तो देखें हां ओके कोई मसला नहीं कौन सा गाना लगाना है